ਓਸ਼ੋ ਦੇ ਲੈਕਚਰ ਤੀਜਾ ਬਹੁਤ ਹੀ ਜ਼ਰੂਰੀ ਬੁਨਿਆਦੀ ਹੱਕ ਕਿਉਂਕਿ ਜੀਵਨ ਵਿੱਚ ਇਹ ਤਿੰਨ ਬਹੁਤ ਹੀ ਜ਼ਰੂਰੀ ਮਹੱਤਵਪੂਰਨ ਗੱਲਾਂ ਹਨ ਜੀਵਨ ਪ੍ਰੇਮ ਤੇ ਮੌਤ ਹਰ ਇੱਕ ਮਨੁੱਖ ਨੂੰ ਇਹ ਬੁਨਿਆਦੀ ਹੱਕ ਮਿਲਣਾ ਚਾਹੀਦਾ ਹੈ ਕਿ ਇੱਕ ਉਮਰ ਤੋਂ ਪਿੱਛੋਂ ਜਦੋਂ ਭਰਪੂਰ ਜੀ ਚੁੱਕਿਆ ਹੋਵੇ ਤੇ ਹੁਣ ਉਹ ਵਿਅਰਥੀ ਜੀਵਨ ਨੂੰ ਢੋਣਾ ਨਹੀਂ ਚਾਹੁੰਦਾ ਕਿਉਂਕਿ ਕੱਲ ਅੱਜ ਦੀ ਹੀ ਫੇਰ ਵਾਪਸੀ ਹੋਏਗੀ ਤੇ ਕੱਲ ਦਾ ਸਾਰਾ ਉਤਸ਼ਾਹ ਉਹਨੇ ਗਵਾ ਦਿੱਤਾ ਹੁਣ ਉਹਨੂੰ ਆਪਣਾ ਸਰੀਰ ਛੱਡਣ ਦਾ ਪੂਰਾ ਹੱਕ ਹੈ ਇਹ ਉਹਦਾ ਬੁਨਿਆਦੀ ਹੱਕ ਹੈ ਇਹ ਉਹਦਾ ਜੀਵਨ ਹੈ ਜੇਕਰ ਉਹ ਹੁਣ ਹੋਰ ਜਿਉਣਾ ਨਹੀਂ ਚਾਹੁੰਦਾ ਤਾਂ ਕਿਸੇ ਨੂੰ ਉਹਨੂੰ ਰੋਕਣਾ ਨਹੀਂ ਚਾਹੀਦਾ ਅਸਲ ਵਿੱਚ ਹਰ ਹਸਪਤਾਲ ਵਿੱਚ ਇੱਕ ਕਮਰਾ ਹੋਣਾ ਚਾਹੀਦਾ ਜਿੱਥੇ ਮਰਨ ਦੇ ਇੱਛਕ ਲੋਕ ਇੱਕ ਮਹੀਨਾ ਪਹਿਲਾਂ ਦਾਖਲ ਹੋਣ ਉਹ ਆਰਾਮ ਕਰ ਸਕਣ ਉਹਨਾਂ ਸਾਰੀਆਂ ਚੀਜ਼ਾਂ ਨੂੰ ਭੋਗ ਲੈਣ ਜਿਨ੍ਹਾਂ ਦੇ ਬਾਰੇ ਵਿੱਚ ਉਹ ਜ਼ਿੰਦਗੀ ਭਰ ਸੋਚਦੇ ਰਹੇ ਲੇਕਿਨ ਉਹਨਾਂ ਦਾ ਮਜ਼ਾ ਨਹੀਂ ਲੈ ਸਕੇ ਸੰਗੀਤ ਸਾਹਿਤ ਤਸਵੀਰ ਬਣਾਉਣੀ ਹੋਵੇ ਜਾਂ ਮੂਰਤੀ ਕਲਾ ਸਿੱਖਣੀ ਹੋਵੇ ਤੇ ਡਾਕਟਰ ਉਹਨਾਂ ਨੂੰ ਸਿਖਾਉਣਗੇ ਕਿ ਕਿਵੇਂ ਉਹ ਤਣਾਅ ਤੋਂ ਰਹਿਤ ਹੋਣ ਹੁਣ ਤਾਂ ਹੀ ਮੌਤ ਇੱਕ ਕਰੂਪ ਘਟਨਾ ਰਹੀ ਹੈ ਆਦਮੀ ਸ਼ਿਕਾਰ ਹੁੰਦਾ ਰਿਹਾ ਹੈ ਲੇਕਿਨ ਇਹ ਸਾਡੀ ਗਲਤੀ ਹੈ ਮੌਤ ਇੱਕ ਉਤਸਵ ਬਣ ਸਕਦੀ ਹੈ ਤੁਹਾਨੂੰ ਸਿਰਫ ਉਹਦਾ ਸਵਾਗਤ ਕਰਨ ਦੀ ਕਲਾ ਸਿੱਖਣੀ ਪਵੇਗੀ ਵਿਸ਼ਰਾਮਪੂਰਨ ਸ਼ਾਂਤ ਢੰਗ ਨਾਲ ਤੇ ਉਸ ਇੱਕ ਮਹੀਨੇ ਦੀ अवधि ਵਿੱਚ ਪରିਚਿਤ ਪ੍ਰੇਯ ਜਨ ਉਹਨਾਂ ਨੂੰ ਮਿਲਣ ਆ ਸਕਦੇ ਹਨ ਇੱਕ ਨਿਕਾਜਾ ਸਮਾमेलन ਹੋ ਸਕਦਾ ਹੈ ਹਰ ਹਸਪਤਾਲ 'ਚ ਸੁਵਿਧਾਵਾਂ ਹੋਣ ਜਿਹੜੇ ਮਰਨ ਵਾਲੇ ਨੇ ਉਹਨਾਂ ਦੇ ਲਈ ਬਹੁਤੀ ਬਹੁਤੀ ਜਿਹੜੇ ਜੀਉਣ ਵਾਲੇ ਨੇ ਉਹਨਾਂ ਦੇ ਲਈ ਘਟ ਘੱਟੋ ਘਾਟਿਕ ਮਹੀਨੇ ਦੇ ਲਈ ਤਾਂ ਬਾਦਸ਼ਾਹਾਂ ਦੀ ਤਰਾਂ ਜੀ ਲੈਣ ਤਾਂ ਕਿ ਉਹ ਕਿਸੇ ਚੋਬ ਨੂੰ ਕਿਸੇ ਸ਼ਿਕਾਇਤ ਨੂੰ ਮੰਚ ਲੈਣ ਤੋਂ ਬਿਨਾ ਜੀਵਨ ਤੋਂ ਵਿਦਾ ਹੋ ਸਕਣ ਉਸ ਵੇਲੇ ਉਹਨਾਂ ਦੇ ਮਨ 'ਚ ਸਿਰਫ ਇੱਕ ਡੂੰਗਾ ਦੁੱਖ ਦੂਰ ਕਰਨ ਦੀ ਕਿਰਪਾ ਦਾ ਭਾਵ ਹੋਏਗਾ ਤੇ ਹੋਏਗਾ ਧੰਨਵਾਦ ਇਹਨਾਂ ਤਿੰਨਾਂ ਤੋਂ ਪਿੱਛੇ ਆਉਂਦਾ ਹੈ ਚੌਥਾ ਸੱਤੇ ਦੀ ਬਾਲ ਸੱਚ ਦੀ ਬਾਲ ਕਿਸੇ ਵੀ ਬੱਚੇ ਉੱਤੇ ਬਾਲਪਨ ਤੋਂ ਹੀ ਕਿਸੇ ਧਰਮ, ਦਰਸ਼ਨ ਜਾਂ ਧਰਮ ਸ਼ਾਸਤਰ ਦੀ ਸੰਸਕਾਰ ਨਹੀਂ ਪਾਉਣੀ ਚਾਹੀਦੀ ਕਿਉਂਕਿ ਤੁਸੀਂ ਉਹਦੀ ਭਾਲ ਦੀ ਸੁਤੰਤਰਤਾ ਨਸ਼ਟ ਕਰਦੇ ਜਾਂਦੇ ਹੋ ਉਹਨੂੰ ਬਲਵਾਨ ਬਣਾਓ ਤਾਂ ਕਿ ਉਹ ਸ਼ੱਕ ਕਰਨ 'ਚ ਸਮਰੱਥ ਹੋਵੇ ਉਹਦੇ ਚਾਰੇ ਪਾਸੇ ਜਿਹੜੇ ਵੀ ਵਿਸ਼ਵਾਸ ਫੈਲੇ ਹੋਏ ਨੇ ਉਹਨਾਂ ਉੱਤੇ ਵਿਸ਼ਵਾਸ ਨਾ ਕਰਨਾ ਸਿਖਾਓ ਉਹਨੂੰ ਸਹੀ ਯੋਗ ਦਿਓ ਕਿ ਉਹ ਕਦੇ ਕਿਸੇ ਗੱਲ ਦਾ ਵਿਸ਼ਵਾਸ ਨਾ ਕਰੇ ਤੇ ਹਮੇਸ਼ਾ ਹੋਰ ਜਾਣਨ ਦੀ ਹੱਠ ਕਰੇ ਉਹਦੇ ਲਈ ਕੋਈ ਵੀ ਕੀਮਤ ਦੇਣੀ ਪਵੇ ਕਿੰਨਾ ਹੀ ਵਕਤ ਕਿਉਂ ਨਾ ਲੱਗੇ ਇਸ ਯਾਤਰਾ ਉਤੇ ਇਕੱਲੇ ਟੁਰ ਪੋ ਆਪਣੇ ਬਲਬੂਤੇ ਉਤੇ ਕਿਉਂਕਿ ਸਤ ਦੀ ਪਾਲ ਤੋ ਕੋਈ ਹੋਰ ਪਾ ਨਹੀਂ ਹੈ। ਬਾਕੀ ਸਾਰੇ ਲੋਕ ਜਿਹੜੇ ਸੋਚਦੇ ਨੇ ਕਿ ਅਸੀਂ ਈਸਾਈਆਂ ਜਿਹੜੇ ਸੋਚਦੇ ਨੇ ਅਸੀਂ ਯਹੂਦੀਆਂ ਜਿਹੜੇ ਸੋਚਦੇ ਨੇ ਅਸੀਂ ਹਿੰਦੂਆਂ ਜਿਹੜੇ ਸੋਚਦੇ ਨੇ ਅਸੀਂ ਮੁਸਲਮਾਨਾਂ ਇਹ ਸਾਰੇ ਵਿਸ਼ਵਾਸ ਕਰਨ ਵਾਲੇ ਲੋਕ ਹਨ ਇਹ ਜਾਣਦੇ ਨਹੀਂ ਵਿਸ਼ਵਾਸ ਵਿਸ਼ੁੱਧ ਜ਼ਹਿਰ ਹੈ। ਜਾਨਣਾ ਤੁਹਾਡੇ ਬੀ ਦਾ ਖੇਡਣਾ ਹੈ। ਸਤ ਦੀ ਭਾਲ ਤੁਹਾਨੂੰ ਕਿਸੇ ਨੂੰ ਇਹ ਨਹੀਂ ਸਿਖਾਉਣਾ ਚਾਹੀਦਾ ਕਿ ਸਤ ਕੀ ਹੈ ਕਿਉਂਕਿ ਉਹਨੂੰ ਸਿਖਾਇਆ ਨਹੀਂ ਜਾ ਸਕਦਾ। ਤੁਸੀਂ ਉਸ ਆਦਮੀ ਨੂੰ ਭਾਲ ਕਰਨੀ ਸਿਖਾਓ। ਭਾਲ ਔਖੀ ਹੈ, ਵਿਸ਼ਵਾਸ ਸਸਤਾ ਹੈ ਪਰ ਸਤ ਸਸਤਾ ਨਹੀਂ ਹੈ। ਸਤ ਇਸ ਜਗ ਵਿੱਚ ਸਭ ਤੋਂ ਵੱਡੀ ਮੁੱਲਵਾਨ ਚੀਜ਼ ਹੈ। ਤੁਸੀਂ ਉਹਨੂੰ ਕਿਸੇ ਹੋਰ ਕੋਲੋਂ ਪਾ ਨਹੀਂ ਸਕਦੇ। ਉਹਨੂੰ ਤੁਹਾਨੂੰ ਆਪ ਹੀ ਲੱਭਣਾ ਹੁੰਦਾ ਹੈ ਹੋਰ ਚਮਤਕਾਰ ਇਹ ਵਾਪਰਦਾ ਹੈ ਕਿ ਜਿਵੇਂ ਤੁਸੀਂ ਇਹ ਤੈਅ ਕਰਦੇ ਹੋ ਕਿ ਮੈਂ ਕਿਸੇ ਵਿਸ਼ਵਾਸ ਦਾ ਸ਼ਿਕਾਰ ਨਹੀਂ ਹੋਵਾਂਗਾ ਤੁਸੀਂ ਸੱਤ ਦੇ ਵੱਲ ਅੱਧੀ ਯਾਤਰਾ ਤੈਅ ਕਰ ਲਈ ਜੇਕਰ ਤੁਹਾਡਾ ਸੰਕਲਪ ਸਮਗਰ ਹੈ ਤਾਂ ਤੁਹਾਨੂੰ ਸੱਤ ਦੇ ਵੱਲ ਨਹੀਂ ਜਾਣਾ ਪੈਂਦਾ ਸੱਤ ਹੀ ਤੁਹਾਡੇ ਵੱਲ ਆਉਂਦਾ ਹੈ ਉਹਦਾ ਸਵਾਗਤ ਕਰਨ ਦੇ ਲਈ ਤੁਹਾਨੂੰ ਸਿਰਫ ਮਨ ਹੋਣਾ ਪੈਂਦਾ ਤੁਹਾਨੂੰ ਮਹਿਮਾਨ ਨਵਾਜ਼ ਬਣਨਾ ਪੈਂਦਾ ਤਾਂ ਕਿ ਸੱਤੇ ਤੁਹਾਡੇ ਹਿਰਦੇ 'ਚ ਮਹਿਮਾਨ ਬਣ ਕੇ ਆਈ ਅਜੇ ਪੂਰੀ ਦੁਨੀਆ ਵਿਸ਼ਵਾਸਾਂ 'ਚ ਜੀ ਰਹੀ ਹੈ ਇਸ ਲਈ ਲੋਕਾਂ ਦੀਆਂ ਅੱਖਾਂ 'ਚ ਕੋਈ ਚਮਕ ਨਹੀਂ ਹੈ ਲੋਕਾਂ ਦੇ ਹਾਪ-ਭਾਅ 'ਚ ਕੋਈ ਮਹਿਮਾ ਨਹੀਂ ਹੈ ਉਹਨਾਂ ਦੇ ਸ਼ਬਦਾਂ 'ਚ ਕੋਈ ਬਲ ਕੋਈ ਪ੍ਰਮਾਣਿਕਤਾ ਨਹੀਂ ਹੈ ਵਿਸ਼ਵਾਸ ਥੋਥਾ ਹੁੰਦਾ ਹੈ ਇਹ ਰੇਤ ਉੱਤੇ ਮਹਿਲ ਬਣਾਉਣ ਵਰਗਾ ਹੈ ਇਸਰਕ ਹਵਾ ਦਾ ਬੁੱਲਾ ਤੇ ਤੁਹਾਡਾ ਵਿਸ਼ਾਲ ਮੈਲ ਟਹਿ ਜਾਏਗਾ ਸत्य శాశ్వਤ ਹੈ ਉਹਨੂੰ ਲੱਭਣ ਦਾ ਮਤਲਬ ਹੈ ਕਿ ਤੁਸੀਂ ਵੀ శాశ్వਤ ਦੇ ਹਿੱਸੇ ਬਣ ਸਕਦੇ ਹੋ ਪੰਜਵਾਂ ਮੁੱਦਾ ਹੈ ਸਤ ਨੂੰ ਲੱਭਣ ਦੇ ਲਈ ਕਿੰਡਰਗਾਰਡਨ ਤੋਂ ਲੈ ਕੇ ਵਿਸ਼ਵ ਵਿਦਿਆਲੇ ਤਾਈਂ ਸਾਰੀਆਂ ਸਿੱਖਿਆ ਪ੍ਰਣਾਲੀਆਂ ਧਿਆਨ ਦੇ ਮੁਤਾਬਕ ਵਿਸ਼ੇਸ਼ ਵਾਤਾਵਰਣ ਪੈਦਾ ਕਰਨ ਗਿਆ ਧਿਆਨ ਕਿਸੇ ਵੀ ਧਰਮ ਦਾ ਨਹੀਂ ਹੁੰਦਾ ਤੇ ਧਿਆਨ ਕੋਈ ਵਿਸ਼ਵਾਸ ਨਹੀਂ ਹੈ ਉਹ ਅੰਤਰਜਗਤ ਦਾ ਵਿਸ਼ੁੱਧ ਵਿਗਿਆਨ ਹੈ ਮੌਨ ਹੋਣ ਦੀ ਸਿੱਖਿਆ ਸਜਗ ਹੋਣ ਦੀ ਸਿੱਖਿਆ ਸ਼ਾਕਸੀ ਹੋਣ ਦੀ ਸਿੱਖਿਆ ਇਸ ਗੱਲ ਦੀ ਸਿੱਖਿਆ ਕਿ ਤੁਸੀਂ ਮਨ ਨਹੀਂ ਹੋ ਇਸ ਤੋਂ ਪਾਰ ਕੁਝ ਹੋ ਚੇਤਨਾ ਹੋ ਤੁਹਾਨੂੰ ਸੱਤੇ ਨੂੰ ਗ੍ਰਹਿਣ ਕਰਨ ਦੇ ਲਈ ਤਿਆਰ ਕਰੇਗੀ ਤੇ ਉਹ ਸੱਤੈ ਹੀ ਹੈ ਜ ਜਿਹਨੂੰ ਅਨੇਕ ਲੋਕਾਂ ਨੇ ਈਸ਼ਵਰ ਕਿਹਾ ਹੈ ਕੋਈ ਉਹਨੂੰ ਨਿਰਵਾਣ ਕਹਿੰਦਾ ਹੈ ਹੋਰ ਵੀ ਕਈਆਂ ਨੇ ਕਈ ਨਾਮ ਦਿੱਤੇ ਨੇ ਉਹਨੂੰ ਪਰ ਉਹ ਇੱਕ ਅਨਾਮ ਸਨਨਾਟਾ ਹੈ ਨਿਸ਼ਬਦ ਹੈ ਚੁੱਪੀ ਹੈ ਸ਼ਾਂਤੀ ਹੈ ਉਹ ਸ਼ਾਂਤੀ ਐਨੀ ਡੂੰਗੀ ਹੁੰਦੀ ਹੈ ਉਹਦੇ ਚ ਤੁਸੀਂ ਗਵਾਚ ਜਾਂਦੇ ਹੋ ਤੇ ਜਿਹੜੇ ਪਲ ਤੁਸੀਂ ਗਵਾਚ ਜਾਂਦੇ ਹੋ ਉਸ ਪਲ ਤੁਸੀਂ ਪਰਮਾਤਮਾ ਦੇ ਮੰਦਰ ਚ ਪ੍ਰਵੇਸ਼ ਕਰਦੇ ਹੋ ਪਰ ਇਹ ਵੱਡੀ ਹੈਰਾਨੀ ਦੀ ਗੱਲ ਹੈ ਕਿ ਲੋਕ ਸ਼ਾਂਤੀ ਨੂੰ ਜਾਣਨ ਤੋਂ ਬਿਨਾ ਵਿਸ਼ਰਾਮਪੂਰਨ ਹੋਣ ਦੀ ਕਲਾ ਸਿੱਖਣ ਤੋਂ ਬਿਨਾ ਜਾਂ ਆਪਣੇ ਆਪ ਨੂੰ ਜਾਣਨ ਤੋਂ ਬਿਨਾ ਆਪਣੇ ਜੀਵਨ ਦਾ 1/3 ਹਿੱਸਾ ਹੈ ਨਾ ਵਿਦਿਆਲਿਆਂ ਵਿੱਚ ਮਹਾਵਿਦਿਆਲਿਆਂ ਵਿੱਚ ਵਿਸ਼ਵਵਿਦਿਆਲਿਆਂ ਵਿੱਚ ਵਰਤਕ ਵਿਅਰਥ ਗਵਾਉਂਦੇ ਨੇ ਉਹ ਸਾਰੀ ਦੁਨੀਆ ਦੇ ਸਬੰਧ ਚ ਜਾਣਦੇ ਆ ਪਰ ਇਹ ਏਡੀ ਵੱਡੀ ਅਜੀਬ ਗੱਲ ਹੈ ਕਿ ਉਹ ਆਪਣੇ ਆਪ ਨੂੰ ਭੁੱਲ ਗਏ ਨੇ ਲੱਗਦਾ ਹੈ ਇਦੇ ਪਿੱਛੇ ਕੋਈ ਵਿਸ਼ੇਸ਼ ਕਾਰਨ ਹੈ ਭਾਰਤ ਇੱਕ ਪ੍ਰਚੀਨ ਕਹਾਣੀ ਹੈ ਭਾਰਤ ਦੀ ਇੱਕ ਪ੍ਰਚੀਨ ਕਹਾਣੀ ਹੈ 10 ਅੰਨੇ ਆਦਮੀ ਇੱਕ ਛਰਨੇ ਤੋਂ ਲੰਘ ਰਹੇ ਸਨ ਪਾਣੀ ਦੀ ਧਾਰਾ ਬਹੁਤ ਤੇਜ਼ ਸੀ ਇਸ ਲਈ ਉਹਨਾਂ ਨੇ ਇੱਕ ਦੂਜੇ ਦੇ ਹੱਥ ਫੜ ਲਏ ਸਨ ਦੂਜੇ ਕੰਡੇ ਤੇ ਪੁੱਜ ਕੇ ਕਿਸੇ ਇੱਕ ਨੇ ਸੁਝਾ ਦਿੱਤਾ ਕਿ ਅਸੀਂ ਆਪਣੀ ਗਿਣਤੀ ਕਰ ਲਈਏ ਕਿਉਂਕਿ ਧਾਰਾ ਇੰਨੀ ਤੇਜ਼ ਸੀ ਇਹ ਅਸੀਂ ਵੇਖ ਨਹੀਂ ਸਕਦੇ ਸ਼ਾਇਦ ਕੋਈ ਹਵਾ ਚ ਉੱਡ ਗਿਆ ਹੋਵੇ ਕੋਈ ਪਾਣੀ ਚ ਰੁੜ ਗਿਆ ਹੋਵੇ ਤਾਦੂ ਗਿਣਤੀ ਕਰਦੇ ਹਨ ਤੇ ਹੈਰਾਨੀ ਦੀ ਗੱਲ ਈ ਸੀ ਕਿ ਗਿਣਤੀ ਹਮੇਸ਼ਾ 9 ਤੇ ਠਹਿਰ ਜਾਂਦੀ ਉਹਨਾਂ ਵਿੱਚੋਂ ਹਰ ਇੱਕ ਆਦਮੀ ਨੇ ਕੋਸ਼ਿਸ਼ ਕੀਤੀ ਪਰ ਗਿਣਤੀ 9 ਹੀ ਹੁੰਦੀ ਨਦੀ ਦੇ ਕੰਢੇ ਬੈਠਾ ਇੱਕ ਆਦਮੀ ਹੱਸਣ ਲੱਗਦਾ ਹੈ ਕਿ ਉਹ ਜੀ ਮਜ਼ੇਵਾਲੀ ਗੱਲ ਹੈ ਤੇ ਉਹ 10 ਨੇ ਆਦਮੀ ਉੱਥੇ ਬੈਠੇ ਰੋ ਰਹੇ ਨੇ ਉਹਨਾਂ ਦੀਆਂ ਅੱਖਾਂ ਚ ਹੰਝੂ ਨੇ ਕਿਉਂਕਿ ਉਹਨਾਂ ਨੇ ਆਪਣਾ ਇੱਕ ਮਿੱਤਰ ਗਵਾ ਦਿੱਤਾ ਉਹ ਆਦਮੀ ਉਹਨਾਂ ਦੇ ਕੋਲ ਆ ਕੇ ਪੁੱਛਣ ਲੱਗਾ ਕਿ ਗੱਲ ਕੀ ਹੈ ਉਹ ਹਾਲਾਤ ਨੂੰ ਸਪਸ਼ਟ ਕਰਦੇ ਹਨ ਉਹਨੇ ਕਿਹਾ ਤੁਸੀਂ ਸਾਰੇ ਇੱਕ ਪੰਗਤੀ 'ਚ ਖਲੋ ਜਾਓ ਮੈਂ ਪਹਿਲੇ ਆਦਮੀ ਦੇ ਸਿਰ ਉੱਤੇ ਮਾਰਾਂਗਾ ਉਹ ਕਹੇਗਾ 1 ਮੈਂ ਦੂਜੇ ਨੂੰ ਮਾਰਾਂਗਾ ਉਹ ਕਹੇਗਾ 2 ਕਿਉਂਕਿ ਮੈਂ ਦੋ ਵਾਰੀ ਸੱਟ ਮਾਰਾਂਗਾ ਮੈਂ ਤੀਜੇ ਆਦਮੀ ਨੂੰ ਤਿੰਨ ਵਾਰੀ ਮਾਰਾਂਗਾ ਉਹ ਕਰੇਗਾ 3 ਹੈਰਾਨਗੀ ਵਾਲੀ ਗੱਲ ਹੈ ਕਿ ਉਸ 10ਵੇਂ ਆਦਮੀ ਨੂੰ ਲੱਭ ਲੈਂਦਾ ਹੈ ਜਿਹੜਾ ਗਵਾਚ ਗਿਆ ਸੀ ਉਹ ਸਾਰੇ ਉਹਨੂੰ ਧੰਨਵਾਦ ਦਿੰਦੇ ਹਨ ਉਹਦੇ ਪੈਰੀਂ ਪੈਂਦੇ ਆ ਉਹ ਕਹਿੰਦੇ ਆ ਤੂੰ ਸਾਡੇ ਲਈ ਪਰਮਾਤਮਾ ਹੈ ਅਸੀਂ ਸੋਚਦੇ ਸੀ ਕਿ ਸਾਡਾ ਇੱਕ ਮਿੱਤਰ ਗਵਾਚ ਗਿਆ ਪਰ ਕੀ ਤੁਸੀਂ ਇਹ ਦੱਸਣ ਦੀ ਕਿਰਪਾ ਕਰੋਗੇ ਅਸੀਂ ਗਿਣਤੀ ਕਰ ਰਹੇ ਸੀ ਸਾਰਿਆਂ ਨੇ ਕੋਸ਼ਿਸ਼ ਕੀਤੀ ਤੇ 10ਵਾਂ ਮੌਜੂਦ ਨਹੀਂ ਸੀ ਤੇ ਉਹ ਅਚਾਨਕ ਕਿਵੇਂ ਪ੍ਰਗਟ ਹੋ ਗਿਆ ਉਸ ਆਦਮੀ ਨੇ ਕਿਹਾ ਇਹ ਇੱਕ ਸਨਾਤਨ ਰਹੱਸ ਹੈ ਜਿਹਨੂੰ ਤੁਸੀਂ ਨਹੀਂ ਸਮਝ ਸਕੋਗੇ ਤੁਸੀਂ ਆਪਣਾ ਰਾਹ ਨਾ ਪੋ ਇਸ ਵਿੱਚ ਸਨਾਤਨ ਰਹੱਸ ਕੀ ਹੈ ਆਪਣੇ ਆਪ ਨੂੰ ਭੁੱਲ ਜਾਣਾ ਮਨੁੱਖ ਦੀ ਆਦਤ ਹੀ ਹੈ ਸੱਚਮੁੱਚ ਆਦਮੀ ਪੂਰੀ ਜ਼ਿੰਦਗੀ ਆਪਣੇ ਆਪ ਨੂੰ ਸਮਰਨ ਕੀਤੇ ਬਿਨਾਂ ਹੀ ਲੰਘਾ ਦਿੰਦਾ ਹੈ ਉਹ ਸਾਰਿਆਂ ਨੂੰ ਵੇਖਦਾ ਹੈ ਸਾਰਿਆਂ ਨੂੰ ਜਾਣਦਾ ਹੈ ਬਸ ਖੋਦ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਧਿਆਨ ਇੱਕ ਮਾਤਰ ਵਿਧੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਤੋਂ ਗਿਣਤੀ ਸ਼ੁਰੂ ਕਰਦੇ ਹੋ ਇੱਕ ਹੋਰ ਕਿਉਂਕਿ ਉਹ ਕਿਸੇ ਧਰਮ ਦਾ ਹਿੱਸਾ ਨਹੀਂ ਹੈ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਹੈ ਦੁਨੀਆ ਪਰ ਹਰ ਸਕੂਲ ਚ ਹਰ ਕਾਲਜ ਚ ਹਰ ਯੂਨੀਵਰਸਿਟੀ ਚ ਇਹਨੂੰ ਸਿਖਾਇਆ ਜਾਣਾ ਚਾਹੀਦਾ ਹੈ ਜਿਹੜਾ ਕੋਈ ਵੀ ਯੂਨੀਵਰਸਿਟੀ ਤੋਂ ਘਰ ਆਵੇ ਉਹਨੂੰ ਇੱਕ ਡੂੰਘੇ ਧਿਆਨਪੂਰਨ ਚਿੱਤ ਨੂੰ ਲੈ ਕੇ ਆਉਣਾ ਚਾਹੀਦਾ ਹੈ ਉਹਦੇ ਆਲੇ-ਦੁਆਲੇ ਇੱਕ ਧਿਆਨ ਦਾ ਮੰਡਲ ਹੋਣਾ ਚਾਹੀਦਾ ਹੈ ਨਹੀਂ ਤਾਂ ਉਹਨੂੰ ਜੋ ਕੁਝ ਆਪਣੇ ਨਾਲ ਲਿਆ ਰਿਹਾ ਹੈ ਉਹ ਇੱਕਦਮ ਕਚਰਾ ਹੈ ਕੂੜਾ ਕਰਕਟ ਉਹ ਜਿਓਗ੍ਰਾਫੀਆ ਜਾਣਦਾ ਹੈ ਉਹ ਜਾਣਦਾ ਟਿੰਬਕਟੂ ਕਿੱਥੇ ਹੈ ਕਨਸਟ੍ਰੀਨੇਬੋਲ ਕਿੱਥੇ ਹੈ ਉਹ ਇਹਨਾਂ ਨਹੀਂ ਜਾਣਦਾ ਕਿ ਉਹ ਖੁਦ ਕਿੱਥੇ ਹੈ ਜੀਵਨ ਵਿੱਚ ਜਾਣਨ ਯੋਗ ਜਿਹੜੀ ਸਰਵਪ੍ਰਥਮ ਚੀਜ਼ ਹੈ ਉਹ ਇਹ ਹੈ ਤੁਸੀਂ ਕੌਣ ਹੋ ਕਿੱਥੇ ਹੋ ਫਿਰ ਤੁਹਾਡੇ ਜੀਵਨ ਚ ਹਰ ਚੀਜ਼ ਵਿਵਸਥਿਤ ਕਰ ਦਿੱਤੀ ਜਾਏਗੀ ਸਹੀ ਦਿਸ਼ਾ ਚ ਤੇ ਫਿਰ ਤੁਹਾਡੇ ਜੀਵਨ ਚ ਹਰ ਚੀਜ਼ ਸਹੀ ਦਿਸ਼ਾ ਚ ਗਤੀਮਾਨ ਹੋਣ ਲੱਗੇਗੀ ਧੰਨਵਾਦ